ਅੱਛਾ ਇਤੋਂ ਜਦੋਂ ਜੂ ਆਉਂਦੀ ਨੱਕ ਤੋਂ ਸਲਿਪ ਹੁੰਦੀ ਹੈ ਲਾਜ਼ਮੀ ਗੱਲ ਕਿ ਡਾਕਟਰ ਉਮਰ ਆਦਲ ਸਾਹਿਬ ਉਹਨਾਂ ਨੇ ਆਪਕੇ ਬਾਰੇ ਮੇਂ ਕੁਝ ਗੁਫ਼ਤਗੂ ਐਸੀ ਕੀ ਹੈ ਬਸ ਕਲੈਪ ਚਾਮੋ ਕਲੈਪ ਚਾਮੋ ਇਹ ਡਾਕਟਰ ਸਾਹਿਬ ਦੀ ਕਲੈਪ ਹੈ ਉਹ ਆਪ ਵੀ ਡਾਕਟਰ ਨੇ ਤੇ ਮੈਂ ਚਾਹੁੰਦਾ ਕਿ ਮੈਂ ਉਹਨਾਂ ਕੋਲ ਪਲਾਸਟਿਕ ਸਰਜਰੀ ਕਰਾਵਾਂ ਤੇ ਡਾਕਟਰ ਸਾਹਿਬ ਆਪਣਾ ਸੁਰਾਖ ਵੀ ਖੁੱਲਾ ਕਰਾਇਆ ਤੁਹਾਨੂੰ ਪਤਾ ਹੀ ਉੱਥੇ ਬੁਖਾਰੀ ਆਡੀਟੋਰੀਅਮ ਨੇ ਗਵਰਨਮੈਂਟ ਕਾਲਜ ਲਾਹੌਰ ਉੱਥੇ ਵੀ ਸੁਰਾਖ ਖੁੱਲੇ ਕਰਨੇ ਪੜੇ ਗਏ ਸਰ ਹੱਸ ਖੋਲ ਕੇ ਡਰਨੇ ਕੁਛ ਵੀ ਨਹੀਂ ਮਰੇ ਡਾਕਟਰ ਉਹਦਾ ਕੌਮੇ ਲੂਦ ਦਾ ਗੁਨਾਹਗਾਰ ਆਲਮ ਬੈਠਾ ਹੈ ਐਕਸਪੈਕਟ ਕਰ ਰਹੇ ਸੀ ਕੋਈ ਨਾ ਕੋਈ ਚੀਜ਼ ਉਹਦੇ ਬਾਰੇ ਵੀ ਕੋਈ ਕਹਾ ਨਹੀਂ ਉਹਨਾਂ ਦੇ ਬਾਰੇ ਤੇ ਹਸੀਬ ਹੋਏ ਮੁਰਸ਼ਦ ਦੇ ਦਰਬਾਰ ਤੇ ਨੱਚਣ ਲਈ ਕੰਜਰੀ ਹੈ ਠੀਕ ਲੇਕਿਨ ਉਹ ਵੱਖਰੀ ਗੱਲ ਹੈ ਉਹਦਾ ਮੁਰਸ਼ਦ ਚੜਦਾ ਆਪ ਲਵਟ ਹੋਇਆ ਹੈ ਕਿ ਹੁਣ ਇਹ ਉਹ ਆ ਵੀ ਡਾਵਾਂਡੋਲ ਹੋਇਆ ਕਦੀ ਅਲਬੇਲੇ ਦੇ ਦਰ ਤੇ ਕਦੀ ਆਗੇ ਦੇ ਦਰ ਤੇ ਕਦੀ ਵਿੱਕੀ ਦੇ ਦਰ ਉਹ ਹੋਰ ਸਨ ਸ਼ਾਜ਼ਾ ਮਿਰਜ਼ਾ ਅਸ਼ਰਫ ਰਾਈ ਇਸ ਤਰ੍ਹਾਂ ਦੇ ਲੋਕ ਸਨ ਜੋ ਫੌਰਨ ਅਟੈਕ ਕਰਾ ਲੈਂਦੇ ਸਨ ਕੁੜੀ ਦੇ ਪਿੱਛੇ ਇੱਕ ਲਫ਼ਜ਼ ਵੀ ਕੱਟਿਆ ਗਿਆ ਤੇ ਮੈਂ ਤੇਰਾ ਚੈਨਲ ਭੰਨ ਦਿਆਂਗਾ ਆਪਣੇ ਆਪ ਚ ਰਹੋ ਬਗੈਰ ਆਖਰ ਚ ਪਾਕਿਸਤਾਨ ਜ਼ਿੰਦਾਬਾਦ ਕਹਿ ਦੋ अस्सलाम वालेकुम जी, दिस शजर अब्बास, आप देख रहे हैं मेरा शो मेहमानदारी विद शजर अब्बास। जैसे कि आपको पता है गेस्ट बेस्ड शो है तो कोई ना कोई गेस्ट मेरे साथ होता ही है। आज मेरे साथ आसफ इकबाल साहब, मैं हंस इसलिए रहा हूँ कि मेरे तो उस्ताद भाई भी हैं बड़े, तो इनके साथ जब भी यानी कहीं ना कहीं मिले हैं बहुत ज़्यादा गपशप हुई हैं। आज भी किसी मौजू पर, ख़ास मौजू पर गपशप हो गई। अस्सलाम वालेकुम जी। जी वालेकुम अस्सलाम। सर कैसे हैं आप? बेहतरीन शुक्रिया अल्लाह। मैं उर्दू बोलता कैसा लग रहा हूँ? नहीं अच्छा लग रहा। ਸਾਜੀ ਸ਼ੋ ਹੈਗਾ, ਇਹਦੇ 'ਚ ਕਹੀਦਾ ਹੁੰਦਾ ਕਿ ਨਹੀਂ ਬੇਟਾ ਅੱਛਾ ਲੱਗ ਰਿਹਾ ਤੂੰ, ਨਹੀਂ ਤਾਂ ਫਿਰ ਸਜ਼ਾ ਮਿਲੇਗੀ ਸਾਨੂੰ ਝੂਠ ਬੋਲਦੇ। ਮੈਂ ਸਜ਼ਾ ਤੋਂ ਬਚਣਾ ਚਾਹ ਰਿਹਾ। ਅੱਛਾ ਇਤੋਂ ਜਦੋਂ ਜੂ ਆਉਂਦੀ ਨੱਕ ਤੋਂ ਸਲਿਪ ਹੁੰਦੀ ਹੋਏਗੀ ਲਾਜ਼ਮੀ ਗੱਲ, ਜੂ ਹੈ ਹੀ ਨਹੀਂ। ਅਲਹਮਦੁਲਿਲਾ। ਮੈਂ ਨਾ ਮਹਿੰਗਾ ਸ਼ੈਂਪੂ ਯੂਜ਼ ਕਰਦਾ। ਅੱਛਾ ਸਰ, ਮੈਨੇ ਆਪਕੋ ਜੋ ਬੁਲਾਇਆ ਹੈ, ਆਪਕੋ ਮਦੂ ਕੀਆ ਹੈ, ਉਸਕੀ ਖਾਸ ਵਜ੍ਹਾ ਇਹ ਕਿ ਡਾਕਟਰ ਉਮਰ ਆਦਲ ਸਾਹਿਬ ਆਪਕੋ ਪਤਾ ਹੈ ਹਮਾਰੇ ਮੋਸਟ ਸੀਨੀਅਰ। अच्छा, तो उन्होंने आपके बारे में कुछ गुफ्तगू ऐसी की है, गंदा अंडा एक चैनल है हसीब भाई का, उस चैनल पे। हाँ। तो उनके बारे में कोई बात आप करना चाहते हो? नहीं, डॉक्टर उमर आदल साहब ने की किया है? सर डॉक्टर उमर आदल साहब ने ये किया है। हाँ। कि मैं उन्हें जानता ही नहीं। हाँ। पहले बिना अपने नक की सर्जरी करवाई। हाँ। देखो ऐ होंगी इंसानियत की, एक बंदा तुम जानता भी नहीं फिर भी तुम कितना अच्छा मशवरा दे रहा है। पहले क्लैप करो, ਪਲਾਸਟਿਕ ਸਰਜਰੀ ਕਰਾਓ, ਠੀਕ ਹੈ ਨਾ ਜੀ? ਤੇ ਮੈਂ ਚੂੰਕਿ ਉਹਨਾਂ ਨੇ ਬੜਾ ਮੁਖਲਸਾਨਾ ਮਸ਼ਵਰਾ ਹੈ, ਉਹ ਆਪ ਵੀ ਡਾਕਟਰ ਨੇ, ਤੇ ਮੈਂ ਚਾਹੁੰਦਾ ਕਿ ਮੈਂ ਉਹਨਾਂ ਕੋਲ ਪਲਾਸਟਿਕ ਸਰਜਰੀ ਕਰਾਵਾਂ। ਉਹਨਾਂ ਕੋਲੋਂ ਕਿਉਂ? ਉਹ ਡਾਕਟਰ ਜੀ ਹੋਏ, ਤੂੰ ਏਡਾ ਔਖਾ ਕੰਮ ਨਹੀਂ ਹੋਏਗਾ, ਬਸ ਇਹ ਸੁਰਾਖ ਖੁੱਲੇ ਕਰਾਉਣੇ ਨੇ। ਤੂੰ ਡਾਕਟਰ ਸਾਹਿਬ ਆਪਣਾ ਸੁਰਾਖ ਵੀ ਖੁੱਲਾ ਕਰਾਇਆ, ਤੁਹਾਨੂੰ ਪਤਾ ਜੀ ਉਹ ਮਾਸਟਰ ਨੇ ਇਸ ਕੰਮ ਦੇ, ਠੀਕ ਹੈ ਜੀ? ਬਲਕਿ ਸ਼ੁਰੂ ਤੋਂ ਕਰਾਉਣ ਡਏ ਨੇ, ਬਲਕਿ ਇੱਕ ਬੜਾ ਵੱਡਾ ਸਾਫੀ ਹੈ ਸਾਡੇ ਮੁਲਕ ਦਾ, ਕਿੰਗ ਸਾਫੀ ਹੈ, ਇਸ ਲਈ ਕਿੰਗ ਇਹ ਸਾਫੀ ਬਕੌਲ ਉਹਦੇ। ਉਹ ਕਿਹੜਾ ਜੀ? ਉੱਥੇ ਬੁਖਾਰੀ ਆਡੀਟੋਰੀਅਮ ਨੇ ਗਵਰਨਮੈਂਟ ਕਾਲਜ ਲਾਹੌਰ, ਉੱਥੇ ਵੀ ਸੁਰਾਖ ਖੁੱਲੇ ਕਰਨੇ ਪੜੇ ਗਏ ਸਰ। ਉਹਨਾਂ ਦੀ ਪ੍ਰੈਕਟਿਸ ਹੈ ਬੜੀ ਸੁਰਾਖ ਖੁੱਲੇ ਕਰਾਉਣ ਦੀ, ਤੇ ਮੈਂ ਸੋਚ ਰਿਹਾ ਕਿ ਉਹਨਾਂ ਕੋਈ ਕਰਾਵਾਂ। ਹੱਸ ਖੋਲ ਕੇ ਡਰਨੇ ਕੁਛ ਵੀ ਨੀ ਮਰੇ ਡਾਕਟਰ ਕਿਹੜਾ ਡਾਕਟਰ ਗੁਨਾਹਗਾਰ ਆਲਮ ਬੈਠਾ ਉਹ ਇਹ ਕੰਮ ਕਰਦਾ ਹੈ, ਤਾਂ ਹੀ ਉਹਨਾਂ ਦੀ ਜੋੜੀ ਬਣੀ ਹੈ। ਅੱਛਾ ਚਲੋ, ਤੁਸੀਂ ਇਹ ਦੱਸੋ, ਮੈਂ ਕਿਸੇ ਹੋਰ ਗੱਲ ਤੇ ਹੱਸ ਰਿਹਾ, ਮੈਂ ਐਕਸਪੈਕਟ ਕਰ ਰਿਹਾ ਸੀ ਕੋਈ ਨਾ ਕੋਈ। ਮੈਂ ਕੋਠੇ ਦੀ ਕੰਜਰੀ ਨਹੀਂ, ਸਾਈਆਂ ਦੀ ਕੰਜਰੀ ਹਾਂ।
ਉਹਦੇ ਵਿੱਚ ਜਿਹੜੀ ਸਿੰਗਰ ਹੈ ਨਾ ਉਹ ਇਹ ਕਲੈਰੀਫਾਈ ਕਰ ਰਹੀ ਹੈ ਕਿ ਮੈਂ ਕੋਈ ਤਵਾਇਫ ਨਹੀਂ ਹੈਗੀ ਜਾਂ ਮੈਨੂੰ ਕੋਈ ਮੁਜਰੇ ਕਰਨ ਵਾਲੀ ਕੰਜਰੀ ਨਹੀਂ ਹੈਗੀ। ਹਾਂਜੀ ਹਾਂਜੀ, ਮੈਂ ਆਪਣੇ ਮੁਰਸ਼ਿਦਾਂ ਦੇ ਦਰਬਾਰ ਤੇ ਜਾਂ ਉਹਨਾਂ ਦੇ ਇਸ਼ਕ ਦੇ ਵਿੱਚ ਨੱਚਣ ਲਈ, ਮੈਂ ਜੋ ਕੋਈ ਨੱਚਣੀ ਹੈ ਜੋ ਮੈਨੂੰ ਉਸੇ ਰਿਜ਼ੈਮਬਲੈਂਸ ਦਿੱਤੀ ਗਈ, ਮੈਂ ਵੀ ਕੰਜਰੀ ਹਾਂ। ਹਾਂਜੀ ਬਿਲਕੁਲ, ਤੇ ਹਸੀਬ ਉਹ ਹੈ ਮੁਰਸ਼ਿਦ ਦੇ ਦਰਬਾਰ ਤੇ ਨੱਚਣ ਲਈ ਕੰਜਰੀ ਹੈ, ਠੀਕ। ਲੇਕਿਨ ਉਹ ਵੱਖਰੀ ਗੱਲ ਹੈ, ਉਹਦਾ ਮੁਰਸ਼ਿਦ ਜਰਦਾ ਆਪ ਲਵਟ ਹੋਇਆ ਹੈ, ਉਹਦੀ ਆਪਣੀ ਮਤ ਵੱਜੀ ਹੈ, ਉਹਦੇ 'ਚ ਆਪਣੀ ਬਰਕਤ ਕੋ ਨਹੀਂ ਰਹੀ, ਠੀਕ ਹੈ। ਹੁਣ ਇਹ ਉਹ ਆ ਵੀ ਡਾਵਾਡੋਲ ਹੋਇਆ, ਕਦੀ ਅਲਬੇਲੇ ਦੇ ਦਰ ਤੇ, ਕਦੀ ਆਗ ਦੇ ਦਰ ਤੇ, ਕਦੀ ਵਿੱਕੀ ਦੇ ਦਰ ਤੇ, ਛੱਡੋ ਇਹਨਾਂ ਗੱਲਾਂ, ਉਸੇ ਦਰਾਂ ਤੇ ਫਿਰ ਰਿਹਾ ਵਿਚਾਰਾ, ਸਮਝ ਨਹੀਂ ਆ ਰਹੀ ਉਹਨੂੰ ਮਤ ਵੱਜੀ ਉਹਦੀ। ਅੱਛਾ ਉਸਤਾਦ ਜੀ, ਇਹ ਦੱਸੋ ਕਿ ਜਦੋਂ ਤੁਸੀਂ ਇੰਨੀ ਇਸ ਡਰਾਮਾ ਲਾਈਨ 'ਚ ਆਏ, ਤੁਹਾਡਾ ਉਸਤਾਦ ਕੌਣ ਸੀ? ਮੇਰੀ ਗੱਲਾਂ ਤੋਂ ਆ ਹੀ ਨਹੀਂ, ਕੌਣ ਸੀ, ਕੌਣ ਸੀ ਸਾਰੇ ਮੇਰੇ ਉਸਤਾਦ? ਦੇਖੋ ਜੀ, ਬੜੇ ਸਨ, ਸਾਰੇ ਸੀਨੀਅਰ ਉਸਤਾਦ ਹੀ ਹੁੰਦੇ ਨੇ ਬੇਸਿਕਲੀ। ਫਖਰੀ ਅਹਿਮਦ ਸਾਹਿਬ ਵੀ ਅੱਲਾ ਨਸੀਬ ਕਰੇ ਮੇਰੇ ਉਸਤਾਦ ਸਨ, ਮਿਰਜ਼ਾ ਰਸ਼ੀਦ ਅਕਰ ਸਾਹਿਬ ਵੀ ਮੇਰੇ ਉਸਤਾਦ ਸਨ, ਮਸਤਾਨਾ ਸਾਹਿਬ ਵੀ, ਡਾਰ ਸਾਹਿਬ ਵੀ, ਆਬਦ ਖਾਨ ਸਾਹਿਬ ਵੀ, ਵਾਹ ਤੇ ਸਾਰੇ ਜਿਹੜੇ ਤੁਹਾਡੇ ਜਿਹੜੇ ਨੂੰ ਤੁਸੀਂ ਇੱਕ ਇੱਕ ਲਾਈਨ ਵੀ ਤੁਸੀਂ ਜਾਂ ਇੱਕ ਇੱਕ ਲਫ਼ਜ਼ ਵੀ ਸਿੱਖਿਆ ਨਾ, ਉਹ ਤੁਹਾਡੇ ਉਸਤਾਦਾਂ ਦੇ ਕਲਾਸ 'ਚ ਆਉਂਦਾ, ਠੀਕ ਹੈ ਨਾ ਜੀ। ਬਾਕੀ ਇਹ ਵੀ ਕਿ ਬੇਸਿਕਲੀ ਜਿਹੜਾ ਫਖਰੀ ਅਹਿਮਦ ਸਾਹਿਬ, ਉਹ ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਸਾਡੇ ਸਾਰੇ ਉਸ ਲਾਰਡ ਦੇ ਉਸਤਾਦ ਸਨ। ਇਸ ਵੇਲੇ ਬੈਸਟ ਡਾਇਰੈਕਟਰ ਕਿਹੜਾ ਤੁਹਾਡੀ ਨਜ਼ਰ 'ਚ? ਨਸੀਮ ਵਿੱਕੀ। ਕਿਆ ਬਾਤ, ਔਰ ਵਾਕਈ ਡਿਜ਼ਰਵ ਕਰਦੇ ਨੇ। ਨਹੀਂ, ਮੈਂ ਪਿਛਲੇ ਵੀ ਲੱਗਦੇ ਨੂੰ ਬਚਾਇਆ ਜਦੋਂ ਤੈਨੂੰ ਗਾਲਾਂ ਪਈਆਂ ਤੇਰੀ ਯਾਦ ਹੈ ਨਾਲ ਦੀ ਨੂੰ, ਬਾਕੀ ਪਿਛਲੇ ਵੀ ਇੰਜ ਹੋਇਆ ਸੀ ਕਿ ਵਿੱਕੀ ਭਾਈ ਮੇਰੇ ਉਸਤਾਦ ਹੈ, ਮੇਰੇ ਬੜੇ ਭਾਈ। ਮੈਂ ਪਿਛਲਾ ਵੀ ਲੱਗਦਾ ਰਿਹਾ, ਉਹਨਾਂ ਨੇ ਬੜੀ ਗਾਲੀਆਂ ਦੀ ਦਿੱਤੀ ਮੈਨੂੰ ਸੱਚੀ ਮੁੱਕੀ, ਔਰ ਮੈਂ ਤਦੇ ਹੀ ਪਹਿਲੇ ਹੀ ਪੁੱਛ ਲਿਆ ਤੁਹਾਡੇ ਕੋਲੋਂ ਕਿ ਉਹਨਾਂ ਦੇ ਖਿਲਾਫ ਮੈਂ ਕੋਈ ਗੱਲ ਕਰ। ਨਹੀਂ ਦੇਖੋ, ਮੈਂ ਕਿਹਾ ਆਪਣੀ ਜਾਨ ਨੇ ਮੇਰੀ ਸਾਰੀ ਜ਼ਿੰਦਗੀ ਨਹੀਂ ਵੀ ਕਿ ਬਿਹਤਰੀਨ ਰਾਈਟਰ ਡਾਇਰੈਕਟਰ ਹੋਏ। ਕੀ ਬਾਤ, ਠੀਕ ਹੈ ਜੀ, ਥੀਏਟਰ ਦੀ ਸਮਝ ਬੂਝ ਉਹਨੂੰ ਬੜੀ, ਠੀਕ ਹੈ ਜੀ। ਸਾਰੇ ਮੈਂ ਤੁਹਾਨੂੰ ਥੀਏਟਰ 'ਚ ਲੱਗਦੀ ਕਿਹਦੇ ਨਾਲ ਸਭ ਤੋਂ ਜ਼ਿਆਦਾ? ਕਿਸੇ ਨਾਲ ਵੀ ਨਹੀਂ ਲੱਗਦੀ, ਲੱਗਦੀ ਕਿਸੇ, ਉਹ ਔਨ ਦੀ ਸਪੋਟ ਹੁੰਦੀ ਗੱਲ, ਉਹ ਸਾਡੀ ਵੀ, ਅਸੀਂ ਕਿਹੜਾ ਕੋਈ ਇਸ਼ਤਿਹਾਰੀ ਹੈ ਵੀ ਖਾਨਦਾਨੀ ਦੁਸ਼ਮਣੀ ਸਾਡੀ, ਉਹ ਔਨ ਦੀ ਸਪੋਟ ਕੋਈ ਨਾ ਕੋਈ ਐਸੀ ਹਰਕਤ ਹੁੰਦੀ ਇੱਕ ਦੂਜੇ ਕੋਲੋਂ ਜਿਹਦੀ ਵਜ੍ਹਾ ਤੋਂ ਥੋੜ੍ਹੀ ਬਹੁਤੀ ਆਪਸ 'ਚ, ਉਹ ਫਿਰ ਉੱਥੇ ਮੁੱਕ ਵੀ ਜਾਂਦੀ ਹੈ, ਉਹ ਕੈਰੀ ਨਹੀਂ ਕਰਦੇ ਅਸੀਂ ਨਾਲ, ਬਈ ਉਹ ਸਾਡਾ ਲੜਾਈ ਵੀ ਸਾਡਾ ਬਦਲਾ ਵੀ ਉੱਥੇ ਜੁਗਤਾਂ ਦਾ ਸੂਰਤ 'ਚ ਹੀ ਹੁੰਦਾ ਹੈ ਕਿ ਬਈ ਸੀਨ ਪਹਾਣਾ ਜਾਂ ਇਹਦੇ ਨਾਲ ਵੱਧ ਲਾਫਟਰ ਲੈਣੇ ਨੇ ਜਾਂ ਇਹਦੇ ਨਾਲ ਵੱਧ ਲੋਕਾਂ ਨੇ ਐਂਟਰਟੇਨ ਕਰਨਾ, ਕੋਈ ਇਹ ਥੋੜ੍ਹਾ ਨਾ ਕਿ ਅਸੀਂ ਬਾਹਰ ਆ ਕੇ ਛੁਰੀਆਂ ਜਾ ਕੇ ਕੱਢ ਲੈਂਦੇ ਹਾਂ, ਨਹੀਂ ਨਹੀਂ ਨਹੀਂ, ਫਨਕਾਰ ਹੋ ਗਏ ਅਸੀਂ, ਸਾਡੇ ਕੀ ਤਲੇ ਲੜਾਈ ਨਾਲ ਅਸੀਂ, ਜੋ ਉਹ ਲੜਾਈ ਦਾ ਬਦਲਾ ਵੀ ਉਸੇ ਸੂਰਤ 'ਚ ਹੁੰਦਾ ਹੈ ਕਿ ਬਈ ਤੂੰ ਚਾਰ ਲਾਫਟਰ ਰਹਿਣੇ, ਮੈਂ ਤੇਰੇ ਕੋਲ 8 ਰਹਿਣੇ, ਤਾਂ ਕਿ ਬਾਹਰ ਆ ਕੇ ਮੇਰੀ ਤਰੀਫ ਹੋ ਜੇ, ਤੇਰੀ ਘਟੇ, ਇਹ ਸਾਡੀ ਗੱਲ ਲੜਾਈ ਹੈ, ਉਹ ਲੜਾਈ ਨਹੀਂ ਕਿ ਆ ਬਾਹਰ ਆ ਕੇ ਲੜ ਪਾਂਗੇ ਸਿਰ ਤੋਂ ਬਈ, ਨਹੀਂ ਨਹੀਂ ਨਹੀਂ, ਉਹ ਕਿਤੋਂ ਸਾਡੇ ਤਲੇ ਹੀ ਨਹੀਂ। ਸਾਜੀ ਇਸ਼ਕ ਹੋਇਆ ਕਦੀ? ਬੜੇ ਹੋਏ। ਕਿਹੋ ਜਿਹੇ? ਹਰ ਤਰ੍ਹਾਂ ਦੇ। ਨਹੀਂ ਕੋਈ ਸਹੀ ਇਸ਼ਕ ਕਿ ਜਿਹਦੀ ਖਾਤਰ ਬਲੇਡ ਬਲੂਡ ਵੀ ਮਾਰੇ? ਨਹੀਂ ਨਹੀਂ ਨਹੀਂ, ਬਲੇਡ ਪਾਗਲ ਹਾਂ ਮੈਂ, ਬਲੇਡ ਮਾਰ ਜਾ ਦੋ ਤੁਹਾਡੀ। ਨਹੀਂ ਹੁੰਦਾ ਨਾ ਕਿ ਬਈ ਮੈਂ ਬੜਾ ਜਾਨ? ਨਹੀਂ ਨਹੀਂ ਨਹੀਂ, ਕੋਈ ਐਡਾ ਬੇਵਕੂਫ ਨਹੀਂ ਮੈਂ। ਅੱਛਾ ਜੀ, ਬਲੇਡਾਂ ਲਾਈਆਂ, ਗੋਲੀ ਖਾਣ, ਉਹ ਹੋਰ ਸਨ, ਸ਼ਾਹਜ਼ਾ ਮਿਰਜ਼ਾ, ਅਸ਼ਰਫ ਰਾਈ, ਇਸ ਤਰ੍ਹਾਂ ਦੇ ਲੋਕ ਸਨ ਜਿਹੜੇ ਫੌਰਨ ਹਾਰਟ ਅਟੈਕ ਕਰਾ ਲੈਂਦੇ ਸਨ ਕੁੜੀ ਦੇ ਪਿੱਛੇ। ਸਾਨੂੰ ਨਹੀਂ ਇਹੋ ਜਿਹੀ ਟੈਨਸ਼ਨ, ਠੀਕ ਹੈ ਜੀ। ਨਹੀਂ ਉਸਤਾਦ ਜੀ, ਆਹੋ ਸ਼ਾਹਜ਼ਾ ਮਿਰਜ਼ਾ ਬੜੀ ਛੇਤੀ ਹਾਰਟ ਅਟੈਕ ਹੁੰਦਾ, ਰੋਣ ਲੱਗ ਪੈਂਦਾ ਸੜਕਾਂ ਤੇ, ਇਕੱਲਾ ਬੈਠਾ ਰਹਿੰਦਾ, ਉਹ ਮੈਂ ਕਿਹਾ ਪਾਗਲ ਹੋ ਗਿਆ ਤੂੰ, ਫਜ਼ੂਲ ਹੈ, ਇੱਕ ਲਫ਼ਜ਼ ਵੀ ਕੱਟਿਆ ਗਿਆ ਤੇ ਮੈਂ ਤੇਰਾ ਚੈਨਲ ਭੰਨ ਦਿਆਂਗਾ। ਅਸੀਂ ਜਿਹੜੇ ਲੋਕ ਆ ਨਾ, ਅਸੀਂ ਗੱਲਾਂ ਦਾ ਖੱਟੇ ਖਾਂਦੇ ਆ, ਕਿਸਾਨਾਂ ਨੂੰ ਛੱਡਣਾ, ਜੇ ਕੋਈ ਗੱਲਾਂ ਕਰਕੇ ਜੇ ਸਾਡੇ ਕੋਲ ਜਿੱਤ ਜਾਏ ਤੇ ਫਿਰ ਉਹ ਵਿਚਾਰਾ, ਅਸੀਂ ਕੁਛ ਵੀ ਨਾ ਹੋਏ, ਮੈਂ ਤੇ ਐਸੀ ਮਾੜੀ ਗੱਲ ਕਰਾਂਗਾ ਇਹਨੇ ਨਸਲਾਂ ਸਾਰੀਆਂ ਸੜ ਜਾਣਗੀਆਂ, ਇਹ ਗੱਲਾਂ ਦੇ ਮੁਕਾਬਲਾ ਤੇ ਮੈਂ ਤੇ ਐਸੀ ਗੱਲ ਕਰਾਂਗਾ ਕਿ ਇਹਨਾਂ ਦੀ ਸੱਤ ਸੱਤ ਨਸਲਾਂ ਸੜ ਜਾਣਗੀਆਂ, ਸਾਰੇ ਡਾਕਟਰਾਂ ਦੀਆਂ, ਸਾਰੇ ਕੰਪਿਊਟਰਾਂ ਦੀਆਂ, ਕੌਮੇ ਲੂਤ ਦਾ ਜਿਹੜਾ ਜਾਹਲ ਰਹਿਨੁਮਾ ਹੈ ਇਹਦੀਆਂ, ਮੈਂ ਤੇ ਗੱਲ ਹੀ ਐਸੀ ਕਰਾਂਗਾ ਕਿ ਮਰਨ ਵਾਲੇ ਹੋ ਜਾਂਦੇ ਸਾਰੇ ਘਰ ਬੈਠੇ ਹੀ, ਠੀਕ ਨਾ ਜੀ। ਇਹ ਸੀ ਗੱਲਾਂ ਦਾ ਸਾਡੇ ਕੋਲ ਕਿਵੇਂ ਜਿੱਤਣਾ ਹੈ, ਅਸੀਂ ਖਾਂਦੇ ਹੀ ਗੱਲਾਂ ਦੀਆਂ। ਬੇਸ਼ਕ ਬੇਸ਼ਕ ਹੈ ਜੀ, ਸਾਡਾ ਤੇ ਹੋਰ ਕੰਮ ਨਾ, ਅਸੀਂ ਲੁਹਾਰ ਆ, ਨਾ ਅਸੀਂ ਮੋਚੀ ਆ, ਨਾ ਅਸੀਂ ਤਰਹਾਨ, ਨਾ ਅਸੀਂ ਪੋਲੀਟੀਸ਼ੀਅਨ, ਕੁਛ ਵੀ ਨਹੀਂ, ਅਸੀਂ ਤੇ ਗੱਲਾਂ ਹੀ ਖਾਂਦੇ ਆ, ਤੇਰੇ ਸਾਹਮਣੇ ਹੀ ਆ, ਉਹ ਤਾਂ ਸਾਡੇ ਨਾਲ ਅੱਛੀਆਂ ਗੱਲਾਂ ਕੌਣ, ਸਾਡੇ ਨਾਲ ਮਾੜੀ ਗੱਲ ਕੌਣ ਕਰੇਗਾ, ਅੱਛੀਆਂ ਵੀ ਕਹੋ ਨਾ, ਅੱਛੀਆਂ ਨਹੀਂ ਕਹਿਣੀ ਇਹਨਾਂ ਦੇ ਬਾਰੇ। ਅੱਛਾ, ਤਾਰਕ ਟੈਡੀ ਸਾਹਿਬ ਵਾਲਾ ਜਨਤਾ ਸਰਕਾਰ ਕਰੇ, ਉਹ ਮੇਰਾ ਯਾਰ ਸੀ, ਆਇਆ ਹੈ ਹੈ ਕਿਆ, ਉਹ ਮੇਰੇ, ਮੈਂ ਇਹੀ ਅੱਗੇ ਸਵਾਲ ਚਾਹ ਰਿਹਾ ਸੀ ਮੇਰੇ ਯਾਰੇ ਕੋ, ਵੀ ਉਹ ਲੇਕਿਨ ਉਹ ਸਹੀ ਦੋਸਤ, ਤੇ ਉਹਨਾਂ ਕੋ ਇੱਕ ਵਾਕਿਆ ਵੀ ਉਹਨਾਂ ਦਾ ਕਿ ਉਹਨਾਂ ਕੋ ਪੈਸੇ ਨਹੀਂ ਸੀ ਹੁੰਦੇ ਖਾਣੇ ਲਈ, ਖਾਣਾ ਖਾਣ ਲਈ, ਇਹ ਵੀ ਇੱਕ ਵਾਕਿਆ ਆਇਆ ਹੈ, ਉਹ ਬੜੇ ਇੱਕ ਸਟਰਗਲ ਦੌਰ ਹੈ ਉਹ ਮਾਈਓ ਕੋ ਐਸੀ ਸਾਹਿਬ,
ਅਸੀਂ ਡਰਾਮਾ ਕਰ ਰਹੇ ਸਾਂ ਲਮਰਾ ਹਾਲ ਵਾਨ ਵਿੱਚ, ਮੈਂ ਤੇ ਟੈਡੀ ਤੇ ਹਮਾਇਓ ਕੁਰੈਸ਼ੀ ਸਾਹਿਬ ਵੀ ਅੱਲਾ ਜ਼ਿੰਦਗੀ ਦੇ ਨਾਲ ਸਨ ਡਰਾਮੇ 'ਚ, ਅਤੇ ਹੁਣ ਉਹ ਮੇਨ ਸਟਾਰ ਸਨ ਹਮਾਇਓ ਸਾਹਿਬ, ਅੱਛਾ, ਅਤੇ ਅਸੀਂ ਨਵੇਂ ਨਵੇਂ ਸਾਂ, ਲੇਕਿਨ ਡਰਾਮੇ ਦੇ ਵਿੱਚ ਮੈਂ ਤੇ ਟੈਡੀ ਛਾਏ ਸਾਂ, ਯਾਨੀ ਕਿ ਹਾਈਲਾਈਟ ਸਾਂ ਅਸੀਂ, ਅਤੇ ਉਹ ਅੱਤ ਚੁੱਕੀ ਹੈ ਦੋਵਾਂ ਨੇ ਕਿ ਹਲਾਲਾ ਹਲਾਲਾ ਹੋਣ ਡਿਆ ਲਮਰਾ ਹਾਲ ਵਾਨ 'ਚ ਡਰਾਮਾ 'ਚ, ਸਾਰੇ ਸਾਰੇ ਲੋਕ ਜਿਹੜੇ ਸਾਨੂੰ ਯਾਨੀ ਕਿ ਲੱਗ ਰਿਹਾ ਸੀ ਕਿ ਵੀ ਦੋਵੇਂ ਜਿਹੜੇ ਰਿਹਾਸਲ ਛਾਏ ਨੇ, ਠੀਕ ਹੈ, ਅਤੇ ਉਹ ਡਰਾਮਾ ਮੁੱਕਾ ਅਤੇ ਪੈਸੇ ਪੂਸੇ ਸਾਡੇ ਕੋਲ ਦੋਵਾਂ ਕੋਈ ਨਹੀਂ ਸਨ ਹੈਗੇ, ਠੀਕ ਹੈ, ਅਤੇ ਮੈਨੂੰ ਟੈਡੀ ਕਹਿੰਦਾ ਹੈ ਕਿ ਯਾਰ ਪੈਸੇ ਨਹੀਂ ਹੈਗੇ, ਅਤੇ ਹਮਾਇਓ ਕੁਰੈਸ਼ੀ ਸਾਹਿਬ ਨੂੰ ਕਹੋ ਕੋਈ ਪੈਸੇ, ਹਮਾਇਓ ਉਹ ਰਹਿ ਗਏ ਸਨ, ਬਾਕੀ ਸਾਰੇ ਚਲੇ ਗਏ ਸਨ, ਇਕੱਲੇ ਉਹ ਮੈਂ ਤਾਂ ਟੈਡੀ ਹਾਂ ਅਤੇ ਹਮਾਇਓ ਸਾਹਿਬ ਨੇ, ਅਤੇ ਕਹਿੰਦੇ ਇਹਨਾਂ ਕੋਈ ਕੁਛ ਮੰਗ ਲਈ 200-400 ਦੁਆਰਾ ਤਾਂ ਕਿ ਖਾਣ ਨਾ ਸ਼ਾਣਾ ਅਤੇ ਖਾਈ ਜਾ ਕੇ, ਉਹਨਾਂ ਨਾਲ ਕੋਈ ਫਰੈਂਕਨੈਸ ਨਹੀਂ ਸੀ ਸਾਡੀ ਹਮਾਇਓ ਸਾਹਿਬ ਨੂੰ, ਉਹ ਫਿਲਮ ਦੇ ਬੰਦੇ ਸਨ, ਕਦੇ ਕਦੇ ਥੀਏਟਰ ਕਰਦੇ ਸਨ, ਅਤੇ ਮੈਨੂੰ ਉਹਨੇ ਡਿਊਟੀ ਮੈਨੂੰ ਉਹਨੇ ਕਿਹਾ ਕਿ ਤੂੰ ਮੰਗ, ਤੂੰ ਮੈਨੂੰ ਪਤਾ ਚਿੱਬੇ ਚੱਕ ਲਿਆ ਆਦਮੀ, ਅਤੇ ਮੈਂ ਉਹਨਾਂ ਨੂੰ ਮੇਰਾ ਵੀ ਹੌਸਲਾ ਨਹੀਂ ਪਿਆ ਮੰਗਣ ਦਾ, ਅਤੇ ਮੈਂ ਉਹਨੂੰ ਕਹੀ ਸਾਨੂੰ ਅੱਜ ਕਰਕੇ ਲਾ ਦੇਣਾ, ਉਤਾਰ ਦੇਣਾ, ਡਰੋਪ ਕਰ ਦੇਣਾ ਗੱਡੀ 'ਚ, ਮੈਂ ਕਿਹਾ ਰਸਤੇ 'ਚ ਮੰਗ ਲਾਂਗੇ ਚਲੋ ਇਕੱਲੇ, ਅਤੇ ਉਹਨੂੰ ਗੱਡੀ 'ਚ ਉਹਨਾਂ ਨੇ ਸਾਨੂੰ ਬਿਠਾ ਲਿਆ ਉਹਨਾਂ ਦੀ ਮਿਹਰਬਾਨੀ, ਅਤੇ ਅਸੀਂ ਜਾ ਰਹੇ ਹਾਂ ਉਹਨੂੰ ਰਸਤੇ 'ਚ, ਮੈਂ ਉਹਨੂੰ ਫਿਰ ਕਹਿ ਦਿੱਤਾ, ਮੈਂ ਕਿਹਾ ਆਪਣਾ ਮਾਈ ਸਾਹਿਬ ਤੁਹਾਡੇ ਕੋਲ ਹੈਗਾ 500-100 ਰੁਪਈਆ, ਤੁਹਾਨੂੰ ਦੇ ਦਿਆਂਗੇ ਅਸੀਂ ਗੱਲ ਪੁਰਸ ਜੋ ਵੀ ਵਾਪਰਦਾ ਹੁੰਦਾ, ਤੂੰ ਗੱਡੀ ਚਲਾ ਰਹੇ ਸੀ ਅਤੇ ਉਹਨਾਂ ਨੇ ਛਾਂ ਕਰਕੇ ਬ੍ਰੇਕ ਮਾਰੀ, ਬਕਾਇਦਾ ਛਾਂ ਕਰਕੇ ਬ੍ਰੇਕ ਮਾਰੀ, ਹੈ ਕਹਿੰਦੇ ਕੀ ਕਹਿ ਰਹੇ ਤੂੰ, ਮੈਂ ਕਿਹਾ ਪੈਸੇ ਨਹੀਂ ਹੈਗੇ ਬੋਸ, ਤੂੰ ਕਹਿੰਦੇ ਜਿੰਨਾ ਤੁਸੀਂ ਕੰਮ ਕਰ ਰਹੇ ਹੋ ਜਿਹੜਾ ਜੋ ਤੁਹਾਡੇ ਹਾਲਾਤ ਨੇ, ਮੈਂ ਤੁਹਾਡੇ 2,00,000 ਰੁਪਈਆ ਫੀਸ ਹੋਣੀ ਚਾਹੀਦੀ ਹੈ, ਮੈਂ ਕਿਹਾ 3,000-3,000 ਰੁਪਏ ਸਾਡੀ ਫੀਸ ਸੀ, ਅਸੀਂ ਲੈ ਗਏ, ਅਸੀਂ ਲੈ ਗਏ ਦੋ, ਉਹਨੂੰ ਅਗਲੇ ਡਰਾਮ 'ਚ ਮਿਲ ਲੈਂਦੇ, ਤਾਂ ਹੀ ਤੁਹਾਨੂੰ ਕਹਿ ਰਹੇ ਦੇ ਦਿਓ, ਯਾਨੀ ਕਿ ਉਹ ਕੰਮ ਦੇ ਵੱਲ ਗੱਲ ਸੀ ਕਿ ਬਈ ਤੁਹਾਡਾ ਕੰਮ ਐਸਾ ਹੈ ਕਿ ਤੁਹਾਡੇ 'ਤੇ ਇੰਨੀ ਨਹੀਂ ਫੀਸ ਹੋਣੀ ਚਾਹੀਦੀ, ਉਦੋਂ ਯਾਨੀ ਨਵਾਂ ਸਟਰਗਲ ਸੀ ਸਾਰੇ ਨਹੀਂ ਹੁੰਦਾ ਸਾਰੇ ਨਾਲ, ਉਸਤਾਦ ਜੀ ਇਹ ਬਤਾ ਪੈਸੇ ਦੀਏ ਉਹਨਾਂ ਨੇ, ਹਾਂ ਅਤੇ ਬੜੇ ਨਾਈਸ ਆਦਮੀ ਨੇ ਕਿਹਾ ਬਾਤ, ਅਤੇ ਤੁਸੀਂ ਅਗਲੇ ਦਿਨ ਵਾਪਸ ਵੀ ਕੀਤਾ? ਨਹੀਂ ਨਹੀਂ, ਅਸੀਂ ਤਿੰਨੇ ਤੁਹਾਡੇ ਨਾਈਸ ਹੈਗੇ, ਕਿਤੇ ਸਾਡੇ ਕੋਲ ਕਿਤੇ, ਮੈਨੂੰ ਇੱਕ ਬੰਦਾ ਕਹਿੰਦਾ ਅਲਮਰਾ ਫਿਰ ਥੋੜ੍ਹੇ ਹੈ ਹਾਲਾਤ ਸਹੀ ਹੋ ਗਏ, ਇੱਕ ਬੰਦਾ ਮੈਨੂੰ ਕਹਿੰਦਾ ਦੇਣਾ ਯਾਰ 500-100 ਰੁਪਏ ਦੇਣਾ, ਹੈਂ, ਮੈਂ ਕਿਹਾ ਕੱਲ੍ਹ ਦਿਆਂਗਾ, ਕਹਿੰਦਾ ਯਾਰ ਅੱਜ ਲੋੜ ਹੈ, ਮੈਂ ਕਿਹਾ ਗਰੀਬ ਆਦਮੀ ਨੂੰ ਰੋਜ਼ ਦੀ ਲੋੜ ਹੁੰਦੀ, ਕੱਲ੍ਹ ਵੀ ਤੈਨੂੰ ਲੋੜ ਹੀ ਹੋਣੀ, ਤੈਨੂੰ ਕੱਲ੍ਹ ਵੀ ਲੋੜ ਹੀ ਹੋਏਗੀ, ਫਿਰ ਇਹ ਮੇਰੀ ਜ਼ਿੰਮੇਵਾਰੀ ਦੇ, ਮੈਂ ਤੈਨੂੰ ਕੱਲ੍ਹ ਦੇ, ਗਰੀਬ ਆਦਮੀ ਨੂੰ ਰੋਜ਼ ਦੀ ਲੋੜ ਹੁੰਦੀ, ਉਹ ਕਿਹੜੀ ਟੈਨਸ਼ਨ ਹੈ, ਜ਼ਿੰਦਗੀ ਦਾ ਹਸੀਨ ਤਰੀਨ ਵਾਕਿਆ ਜਿਹੜਾ ਤੁਹਾਨੂੰ ਨਾ ਭੁੱਲਣ ਵਾਲਾ ਹੋਵੇ? ਨਹੀਂ ਭੁੱਲ ਗਏ ਨੇ ਸਾਰੇ, ਕੋਈ ਇੱਕ ਨਹੀਂ ਤਾਂ ਬਸ ਐਸੇ ਹੀ, ਬੜਾ ਸਾਰੀ ਜ਼ਿੰਦਗੀ ਬੜੀ ਵਧੀਆ ਗੁਜ਼ਰੀ, ਬੜੇ ਮਜ਼ੇ 'ਚ ਗੁਜ਼ਰੀ ਸਾਰੀ ਜ਼ਿੰਦਗੀ, ਅੱਛਾ, ਬੜਾ ਇੰਜੋਏ ਕੀਤਾ, ਮੇਰੇ ਕਿ ਯਾਰੀਆਂ ਦੋਸਤੀਆਂ ਗੈਟ ਟੂਗੈਦਰਾਂ ਕੰਪਨੀਆਂ, ਬੱਬੂ ਬਰਾਲ, ਮਸਤਾਨਾ ਸਾਹਿਬ, ਮੈਂ ਸਾਰੇ ਇਕੱਠੇ, ਫਿਲਮਾਂ ਬਣ ਰਹੀਆਂ ਨੇ, ਡਰਾਮੇ ਲਿਖ ਰਹੇ ਹਾਂ, ਅੱਛਾ, ਡਰਾਮੇ ਕਰ ਰਹੇ ਹਾਂ, ਸੁਪਰ ਹਿੱਟ ਡਰਾਮੇ ਹੋ ਰਹੇ ਨੇ, ਦੁਨੀਆਂ ਆ ਰਹੀ ਹੈ, ਚਾਰ ਬੇਟੇ ਮਾਸ਼ਾਅੱਲਾ ਤੁਹਾਡੇ, ਹੈਂਡਸਮ, ਸਮਾਰਟ, ਸੋਹਣੇ, ਆਜ਼ਾਦ ਭਾਈ ਮੈਂ ਦੇਖਿਆ ਉਹਨਾਂ ਦੇ ਪਿਛਲੇ ਦਿਨਾਂ ਅਵਾਰਡ ਵੀ ਮਿਲਿਆ ਬੜਾ ਵੱਡਾ, ਐ ਸ਼ਾਇਦ ਵੀ ਮੁੰਡੇ ਦੀ ਪਾ ਗਿਆ ਹੈ, ਮੈਂ ਥੀਏਟਰ ਦਾ ਐਕਟਰ, ਥੀਏਟਰ ਇਸ ਕਾਬਲ ਨਹੀਂ ਹੈਗਾ ਉਹਦੇ ਤੁਸੀਂ ਆਪਣੇ ਬੱਚੇ ਨੂੰ ਲੈ ਕੇ ਜਾ ਸਕੋ, ਠੀਕ ਹੈ, ਸੋ ਇਸ ਲਈ ਮੈਂ ਕੋਈ ਇੰਟਰਸਟ ਨਹੀਂ ਹੈਗਾ, ਲੇਕਿਨ ਉਹ ਮਾਡਲਿੰਗ ਸ਼ਾਡਲਿੰਗ ਉਹਦਾ ਦੋਸਤ ਯਾਰੀ ਹੈਗੀ, ਉਹਦੇ ਤਲਕਾ ਤੇ ਗਏ, ਉਹ ਕਰ ਲੈਂਦੇ ਫੋਟੋ ਸ਼ੂਟ ਵਗੈਰਾ ਜਾਂ ਕੋਈ ਭੇਜਦਾ ਭੁਜਦਾ ਰਹਿੰਦਾ, ਸ਼ਾਇਦ ਅਲੱਗ ਤੇ ਸੁਣ ਲਵੇ ਉਹਦੀ, ਹਾਮਦ ਰੰਗੀਲਾ ਸਾਹਿਬ ਅਫਤਾਬ ਇਕਬਾਲ ਨੂੰ ਛੱਡ ਕੇ ਆਇਆ ਸੀ, ਉਹਦੇ ਲਈ ਕੋਈ ਜੁਮਲਾ? ਉਹ ਮਾਜ਼ੀ ਦੇ ਕਿੱਸੇ ਨੇ ਛੱਡ ਪਰ ਮੁੱਕੀ ਇਹ ਗੱਲ, ਹਾਮਦ ਸਾਹਿਬ ਦੀ ਕੁਝ ਨਹੀਂ, ਉਹ ਵੀ ਕੁਝ ਨਹੀਂ, ਇਹਨਾਂ ਨੂੰ ਮੈਂ ਕੀ ਕਰਾਂ, ਇਹਨਾਂ ਵਿਚਾਰਿਆਂ ਨੂੰ, ਮੇਰੇ ਨਾਲ ਮੈਂ ਤੂੰ ਕਿਉਂ ਉਹਨਾਂ ਨੂੰ, ਨਹੀਂ ਉਹ ਤਾਂ ਕਹਿੰਦੇ ਮੌਲਾ ਜੱਟ ਬੜਾ ਹੇਟ ਤੇ, ਆਹੋ ਤੇ ਸੁਲਤਾਨ ਹੇਟ ਨਹੀਂ ਸੀ, ਨਹੀਂ ਯਾਰ ਉਹਨਾਂ ਦਾ ਡਰਾਮਾ ਜਿਹੜਾ ਯਾਨੀ ਹਾਮਦ ਸਾਹਿਬ ਨੇ ਮੌਲਾ ਜੱਟ ਐਸੇ ਕੀਤਾ ਹੈ, ਸਾਡੀਆਂ ਆਪਸ ਦੀਆਂ ਗੱਲਾਂ, ਆਪਣੇ ਘਰੇਲੂ ਗੱਲਾਂ ਹੁੰਦੀਆਂ ਨੇ, ਆਪਣੇ ਇਕੱਠਿਆਂ ਬੈਠਣ ਦੀਆਂ ਗੱਲਾਂ ਹੁੰਦੀਆਂ ਨੇ, ਉਹ ਇਹਦੇ ਕਿਹੜੀ ਹੇਠ ਟੁੱਟਦਾ? ਇੱਕ ਛੋਟੀ ਜਿਹੀ ਗੱਲ ਮੈਨੂੰ ਬੜੀ ਲੜ ਰਹੀ, ਮੈਂ ਪੁੱਛਣਾ ਚਾਹ ਰਿਹਾ ਸੀ, ਮੈਂ ਨਹੀਂ ਪੁੱਛ ਪਾ ਰਿਹਾ ਸੀ, ਜਵੇਦ ਕੋਡੂ ਸਾਹਿਬ ਤੇ ਜ਼ਫਰੀ ਖਾਨ ਸਾਹਿਬ ਦੇ ਕੀ ਇਖਤਲਾਫ ਚੱਲ? ਕੋਡੂ ਘਟਿਆ ਆਦਮੀ ਹੈ, ਪੜਵਾ ਜਿਹਾ ਨਾ ਹੋਵੇ ਤੇ ਉਹਨੂੰ ਆਪਣੀ ਔਕਾਤ ਭੁੱਲੀ ਹੈ, ਤੇਰਾ ਬਣਦੇ ਨਹੀਂ ਜ਼ਫਰੀ ਖਾਨ ਲੜਨਾ, ਤੂੰ ਆਮ ਆਦਮੀ ਕਾਮਨ ਮੈਨ, ਨਾ ਤੂੰ ਕੁਛ ਹੈ ਨਾ ਤੇਰੀ ਕੁਛ ਔਕਾਤ ਹੈ, ਤੂੰ ਚੰਗਾ ਭਲਾ ਸੁਪਰ ਸਟਾਰ ਆਦਮੀ ਜ਼ਫਰੀ ਖਾਨ, ਉਹਦੇ ਮੱਥੇ ਲੱਗਣੇ ਆ, ਆਪਣੇ ਆਪ 'ਚ ਰਹੋ, ਬਗੈਰ ਆਦਮੀ ਆਖਰ 'ਚ ਪਾਕਿਸਤਾਨ ਜ਼ਿੰਦਾਬਾਦ ਕਹਿ ਦੇ, ਪਾਕਿਸਤਾਨ